ਲਓ ਜੀ ਮਾਸ਼ਾਅੱਲਾ 60 ਆ ਰਹੀ ਹੈ ਜੀ ਪਰਫਾਰਮੈਂਸ ਚੈੱਕ ਕਰਾ ਹੈ ਮਾਸ਼ਾਅੱਲਾ ਜੀ ਗੁੱਡ ਮਾਰਨਿੰਗ ਸੁਬਾਹ ਬਖੈਰ ਅਸਲਾਮੁ ਅਲੈਕੁਮ ਜੀ ਮੇਰੇ ਦਿਲ ਦੇ ਟੁੱਟੇ ਮਾਸ਼ਾਅੱਲਾ ਆਪਣਾ ਟਰੈਕਟਰ ਜਾ ਰਿਹਾ 7 ਦਾ ਰੇਟ ਲਾਇਆ ਅਤੇ 260 ਹਾਰੂਨਾਬਾਦ ਸ਼ਹਿਰ ਮੈਂ ਕਿਹਾ ਦੋਸਤਾਂ ਨਾਲ ਸ਼ੇਅਰ ਕਰੀਏ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਕਿਉਂਕਿ ਤਾਂ ਥੋੜ੍ਹੇ ਤਾਂ ਬਾਕੀ ਮਾਸ਼ਾਅੱਲਾ ਇਹ ਚੈੱਕ ਕਰ ਸਕਦੇ ਹਾਂ ਮਾਸ਼ਾਅੱਲਾ ਵੀ ਆਈ ਪੀ ਬਦਾਮ ਰੰਗੀ 7000 ਲੋਡ ਕਿਸੇ ਬਾਈ ਨੂੰ ਅਗਰ ਚਾਹੀਦੀ ਹੋਵੇ ਸਾਡੇ ਨਾਲ ਰਾਬਤਾ ਕਰ ਸਕਦਾ 0302-75-40-707 0302-71-71-572 ਮੁਨਸ਼ੀ ਅਬਾਸ ਅਬਾਸੀ ਸਾਹਿਬ ਦਾ ਨੰਬਰ ਚੈੱਕ ਕਰ ਸਕਦੇ ਹਾਂ ਵੀਡੀਓ ਬਦਾਮ ਇੱਟ ਹੋਮ ਡਿਲੀਵਰੀ ਆਲ ਪਾਕਿਸਤਾਨ 260 ਸਰਵਿਸ ਕੰਪਨੀ ਦੇ ਟਾਇਰ ਅਤੇ ਮੋਟਾ ਹਾਏ ਬਾਕੀ ਦੋਸਤੋ ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸੇ ਬਾਈ ਨੇ ਅਗਰ ਰੇਟ ਖਰੀਦਣੀ ਹੋਵੇ ਚੌਧਰੀ ਪਲੈਕਸ ਕੰਪਨੀ ਨਾਲ ਰਾਬਤਾ ਕਰ ਸਕਦਾ ਸਾਡਾ ਬਠਾਇਆ ਜੀ ਬਖਸ਼ਣ ਖਾਨ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਹਾਵਲ ਨਗਰ ਤੋ ਦਿਲ ਦੇ ਟੋਟੇ ਹੋ ਮਾਸ਼ਾਅੱਲਾ ਬਹੁਤ ਪਿਆਰਾ ਟਰੈਕਟਰ ਸਾਡਾ ਮੈਸੀ ਪ੍ਰਕੋਸ਼ਨ 85 ਮਾਡਲ ਚੈੱਕ ਕਰ ਸਕਦੇ ਨੇ ਜਨਾਬ ਹਬੀਬ ਸਾਹਿਬ ਅਦਨਾਨ ਬਾਈ ਤਾਂ ਮੈਂ ਜਾ ਰਿਹਾ ਮਿੱਟੀ 'ਤੇ ਐਡਾ ਵੱਡਾ ਮੂੰਹ ਸੁਬਾਹ ਸੁਬਾਹ ਦਾ ਟਾਈਮ ਹੈ ਜੀ ਮੈਂ ਆਖਾਂ ਦੋਸਤਾਂ ਨਾਲ ਸ਼ੇਅਰ ਕਰੀਏ ਵੀਡੀਓ ਅਤੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ 'ਚ ਆਪਣੀ ਰਾਇ ਦਾ ਇਜ਼ਹਾਰ ਜ਼ਰੂਰ ਕਰੀਓ ਮਿੱਠਾ ਜੀ ਹੈ ਤਾਂ ਸੋਹਣਾ ਜੀ ਕੁਈਟ ਜੀ ਹੈ ਕਮੈਂਟ 61 ਦੇ ਵਿਆ ਜੀ ਹਾਫ ਟਾਈਮ ਨਾਸ਼ਤੇ ਦਾ ਹੋ ਗਿਆ ਜੀ ਮਾਸ਼ਾਅੱਲਾ ਤਿਆਰ ਰਹੇ ਨੇ ਹੁਣ ਚੈੱਕ ਕਰਦੇ ਹਾਂ ਮੱਕੀਆਂ ਦਾ ਕੀ ਪ੍ਰੋਗਰਾਮ ਰਹਿੰਦਾ ਬਾਕੀ ਗੰਨੇ ਦੀ ਫਸਲ ਹੀ ਸਾਡੇ ਇਲਾਕੇ ਦੇ ਵਿੱਚ ਤਿਆਰ ਹੈ ਤਾਂ ਉਹਦਾ ਤਾਂ 400 ਰੁਪਈਆ ਰੇਟ ਨਿਕਲਾ ਲੇਕਿਨ ਅੱਲਾ ਕਰਮ ਕਰੇ ਅੱਲਾ ਇਹਨਾਂ ਨੂੰ ਹਦਾਇਤ ਦੇਵੇ ਅਤੇ ਕੋਈ ਹੋਰ ਰੇਟ ਬਤਾਵੇ ਮੇਰੇ ਕਿਸਾਨ ਵੀਰਾਂ ਵਾਸਤੇ ਕੋਈ ਥੋੜ੍ਹਾ ਜਿਹਾ ਰੇਟ ਹੋਰ ਬਤਾਵੇ ਤਾਂ ਕਿ ਮੇਰੇ ਕਿਸਾਨ ਭਾਈ ਜਿਹੜੇ ਪੈਰਾਂ 'ਤੇ ਹੋ ਜਾਵੇ ਜਿਹੜਾ ਮੁੰਜੀ ਵਾਲਾ ਜਾਂ ਕਣਕ ਵਾਲਾ ਰਗੜਾ ਲੱਗਾ ਉਹ ਪੂਰਾ ਹੋ ਜਾਵੇ ਬਾਕੀ ਜੀ ਦੋਸਤੋ ਜ਼ਿਮੀਦਾਰ ਅਤੇ ਜੀ ਮਜਬੂਰੀਆਂ ਜਿਹੜੀਆਂ ਫਸਲਾਂ ਹੋਣੀਆਂ ਨੇ ਉਹਨਾਂ ਨੇ ਉਹੀ ਬੀਜਣੀਆਂ ਹੁਣ ਕਿ ਜੇ ਅਗਰ ਕਣਕ ਨਹੀਂ ਬੀਜਣਗੇ ਤਾਂ ਫਿਰ ਮੱਕੀ ਬੀਜਣਗੇ ਤਾਂ ਮੱਕੀ ਨੂੰ ਰੇਟ ਨਾ ਹੋਇਆ ਤਾਂ ਕੀ ਕਰਨਗੇ ਤਾਂ ਦੋਸਤਾਂ ਨੂੰ ਇਹੀ ਰਿਕੁਐਸਟ ਹੈ ਵੀ ਚਲੋ ਕਣਕ ਕਾਸ਼ਤ ਕਰਨ ਖਾਣ ਯੋਗੀ ਤਾਂ ਹੈ ਮੱਕੀ ਤਾਂ ਕਿੰਨੀ ਖਾ ਲਾਂਗੇ ਘਰ ਤਾਂ ਨਹੀਂ ਰੱਖ ਸਕਦੇ ਨਾ ਬਾਕੀ ਅੱਲਾ ਕਰਮ ਕਰੇਗਾ ਅੱਲਾ ਇਸ ਹਕੂਮਤ ਨੂੰ ਹਦਾਇਤ ਦੇ ਸੀ ਅਤੇ ਹਕੂਮਤ ਦੇ ਅੱਗੇ ਰਿਕੁਐਸਟ ਹੈ ਵੀ ਗਰੀਬਾਂ ਦੇ ਬਾਰੇ ਕੋਈ ਸੋਚੋ ਕੋਈ ਗਰੀਬਾਂ ਦੀਆਂ ਤਨਖਾਹਾਂ ਦੇ ਬਾਰੇ ਸੋਚੋ ਕੋਈ ਅਮਲੇ ਦੇ ਬਾਰੇ ਸੋਚੋ ਨਿੱਜੀ ਅਦਾਰੇ ਜਿਹੜੇ ਨੇ ਉਹਨਾਂ ਦੇ ਬਾਰੇ ਸੋਚੋ ਕੋਈ ਗਰੀਬਾਂ ਦੀਆਂ ਤਨਖਾਹਾਂ ਵਧਵਾਓ ਆਲ ਪਾਕਿਸਤਾਨ ਆਲ ਵਜ਼ੀਰ ਆਜ਼ਮ ਦੇ ਨਾਲ ਰਿਕੁਐਸਟ ਹੈ ਆਰਮੀ ਚੀਫ ਦੇ ਵੀ ਤਾਂ ਕਿ ਜਿਹੜਾ ਸਾਡਾ ਕੋਈ ਥੋੜ੍ਹਾ ਜਿਹਾ ਆਸਰਾ ਵਸੀਲਾ ਬਣੇ ਬਾਕੀ ਜੀ ਗਰੀਬ ਦੀ ਰੋਜ਼ੀ ਤਾਂ ਲੱਗੀ ਹੈ ਪੱਠੇ 'ਤੇ ਅਤੇ ਗਰੀਬ ਦੀ ਰੋਜ਼ੀ ਨੂੰ ਬੰਦ ਕਰਨ ਦੇ ਚੱਕਰਾਂ 'ਚ ਨੇ ਆ ਸਮੋਗ ਆਈ ਹੈ ਜੀ ਲਓ ਜੀ ਇਹ ਸਮੋਗ ਨਹੀਂ ਹੈ ਬਾਈ ਜਾਨ ਇਹ ਧੁੰਦ ਹੈ ਅਗਰ ਸਮੋਗ ਵੀ ਹੈ ਤਾਂ ਪੱਠੇ ਦੇ ਪਹਿਲੇ ਵੀ ਤਾਂ ਚੱਲਦੇ ਸੀਗੇ ਪਹਿਲੇ ਕਿਉਂ ਨਹੀਂ ਆਈ ਪੱਠਾ ਦੀ ਵਜ੍ਹਾ ਇਹ ਕੋਈ ਅੱਲਾਹ ਤਾਲਾ ਦਾ ਨਿਜ਼ਾਮ ਹੈ
ਅੱਲਾਹ ਤਾਲਾ ਦੇ ਇਸ ਹਕੂਮਤ ਤੇ ਜਾਂ ਇਸ ਮੁਲਕ ਤੇ ਗ੍ਰਿਫਤ ਆਈ। ਬਾਕੀ ਜਿਹੜਾ ਕੋਈ ਭੱਠਾ ਦਾ ਐਸਾ ਮਸਲਾ ਨਹੀਂ ਹੈ, ਭੱਠੇ ਤੇ 2000 ਮਜ਼ਦੂਰ ਕੰਮ ਕਰਦਾ, ਉਹਦੀ ਰੋਜ਼ੀ ਬੰਦ ਕਰਨ ਦੇ ਚੱਕਰ ਹੁਣ ਗੌਰਮੈਂਟ ਦੇ ਆਰਡਰ ਆਏ ਨੇ ਜੀ ਭੱਠੇ ਬੰਦ ਕਰੋ, ਅਤੇ 2000 ਮਜ਼ਦੂਰ ਜਿਹੜਾ ਤਾਜ਼ੀ ਦਿਹਾੜੀ ਕਰਕੇ ਖਾਂਦਾ ਉਹ ਕਿੱਧਰ ਜਾਏਗਾ? ਅਗਰ ਭੱਠਾ ਬੰਦ ਹੋ ਗਿਆ ਤਾਂ ਕਿੱਥੋਂ ਰੋਜ਼ੀ ਖਾਏਗਾ? ਲਿਹਾਜ਼ਾ ਰਿਕੁਐਸਟ ਹੈ ਵਜ਼ੀਰ ਆਲਾ ਦੇ ਅੱਗੋਂ ਬਈ ਇਹਨਾਂ ਗਰੀਬਾਂ 'ਤੇ ਜ਼ੁਲਮ ਨਾ ਕੀਤਾ ਜਾਵੇ। ਕੋਈ ਕਿਸੇ ਦਾ ਹੀ ਕੋ ਨਹੀਂ, ਭੱਠੇ ਵਾਲੇ ਸ਼ੋਦੇ ਕਿੰਨੇ ਦਿਨ ਦੇਣਗੇ? 2 ਦਿਨ, 4 ਦਿਨ, 1 ਹਫ਼ਤਾ, 2 ਹਫ਼ਤੇ ਖਰਚਾ ਦੇਣਗੇ, ਉਹ ਵੀ ਖਾਤੇ 'ਚ ਦੇਣਗੇ। ਉਹਨਾਂ ਕੋਲ ਇੰਨੇ ਫਾਲਤੂ ਵੀ ਨਹੀਂ ਇਹਨੇ ਵੀ ਜਿਹੜੇ ਉਹ ਗਰੀਬਾਂ ਦੀ ਇਮਦਾਦ ਕਰਨਗੇ, ਜਿੰਨੇ ਜੋਗੇ ਕੋਸ਼ਿਸ਼ ਕਰਦੇ ਆ, ਲੇਕਿਨ ਕਿੰਨੇ ਦਿਨ ਦੇਣਗੇ? ਅਤੇ ਇਸ ਵਾਸਤੇ ਰਿਕੁਐਸਟ ਆ ਵਜ਼ੀਰ ਆਲਾ ਦੇਖੋ ਵੀ ਤਾਂ ਕਿ ਗਰੀਬਾਂ ਦੇ ਵਾਸਤੇ ਇਹ ਭੱਠਾ ਬੰਦ ਕਰਨ ਵਾਲਾ ਜਿਹੜਾ ਐਲਾਨ ਕੀਤਾ ਗਿਆ ਉਹ ਵਾਪਸ ਲਵੇ, ਕੋਈ ਨਿਜ਼ਾਮ ਸਿੱਧਾ ਹੋਵੇ। ਹਾਲਾਤ ਬੜੇ ਮਾੜੇ ਨੇ, ਗਰੀਬ ਬੰਦੇ ਕੋਲ ਬਿਜਲੀ ਦਾ ਬਿੱਲ ਨਹੀਂ ਭਰੀਂਦਾ ਪਿਆ ਇਹ ਭੱਠੇ ਬੰਦ ਕਰਨ ਦੇ ਚੱਕਰਾਂ 'ਚ ਗੌਰਮੈਂਟ। ਲਿਹਾਜ਼ਾ ਰਿਕੁਐਸਟ ਹੈ ਵੀ ਗਰੀਬਾਂ ਦੇ ਹਾਲ 'ਤੇ ਮਿਹਰਬਾਨੀ ਕੀਤੀ ਜਾਵੇ। ਜੇਕਰ ਸਾਡੇ ਰੰਗੇ ਗਰੀਬ ਦੀ ਜਿਹਦੀ 18,000-20,000 ਤਨਖਾਹ ਹੈ, ਭੱਠਾ ਬੰਦ ਕਰਦੇ ਹੋ ਜੀ, ਆਲੂਦਗੀ ਫੈਲਦੀ ਹੈ, ਸਾਡਾ ਤਾਂ ਪ੍ਰੋਗਰਾਮ ਵੜ ਗਿਆ ਨਾ। ਕਿੱਥੋਂ ਆਏਗਾ ਖਰਚਾ? ਕਿੱਥੋਂ ਅਸੀਂ ਆਪਣਾ ਘਰ ਚਲਾਵਾਂਗੇ? ਕਿੱਥੋਂ ਕੁਛ ਕਰਾਂਗੇ? ਕੀ ਸੌਦੇ ਲਵਾਂਗੇ? ਕੀ ਬਿਜਲੀ ਦਾ ਬਿੱਲ ਭਰਾਂਗੇ? ਤਾਂ ਮੁੜ ਜੀ ਖਾਣੇ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤਾਂ ਕਰਨੀ ਹੈ, ਜਦੋਂ ਖਾਣ ਨੂੰ ਕੁਝ ਮਿਲਿਆ ਨਾ ਤਾਂ ਖੁਦਕੁਸ਼ੀ ਕਰਨੀ ਹੈ ਜਾਂ ਚੋਰੀ ਡਕੈਤੀਆਂ ਕਰਨੀਆਂ। ਫਿਰ ਕਹਿੰਦੇ ਜੀ ਦਹਿਸ਼ਤਗਰਦੀ ਮੇਰੀ ਜਾਨ ਮੰਗਿਆਈ ਤੋਂ ਫੈਲ ਰਹੀ ਹੈ। ਗੌਰਮੈਂਟ ਸਹੂਲਤਾਂ ਦੇਵੇ ਨਾ, ਜ਼ੁਲਮ ਕਰੇ ਗਰੀਬਾਂ 'ਤੇ ਅਤੇ ਦਹਿਸ਼ਤਗਰਦੀ ਨਾ ਫੈਲੇ। ਲਿਹਾਜ਼ਾ ਅੱਜ ਦੀ ਵੀਡੀਓ ਦੇ ਵਿੱਚ ਮੇਰਾ ਇਤਨਾ ਪੈਗਾਮ ਹੈ, ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਨਈ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਆਪਾਂ ਪਹੁੰਚ ਗਏ ਖੱਡੇ 'ਤੇ, ਕੰਮ ਸ਼ੁਰੂ ਕਰੀਏ, ਸੁਬਹ ਦਾ ਟਾਈਮ ਹੈ।